ਪੰਜਾਬੀ 뮤직 ਇੰਡਸਟਰੀ ਵਿੱਚ ਹਰ ਰੋਜ਼ ਇੱਕ ਨਵੇਂ ਗਾਇਕ ਦਾ ਜਨਮ ਹੁੰਦਾ ਹੈ ਜਿਸ ਕਾਰਨ ਅਸੀਂ ਪੁਰਾਣੇ ਗਾਇਕਾਂ ਨੂੰ ਵਿਸਾਰਦੇ ਜਾਂਦੇ ਹਾਂ ਅਜਿਹੀ ਹੀ ਪੀੜ ਦੇ ਸ਼ਿਕਾਰ ਹੋਏ ਪੰਜਾਬ ਦੇ ਦਰਦ ਭਰੇ ਗੀਤਾਂ ਦੀ ਆਵਾਜ਼ ਦੇ ਮਾਲਕ ਗਾਇਕ ਧਰਮਪ੍ਰੀਤ ਦੱਸਦੇ ਧਰਮਪ੍ਰੀਤ ਨੂੰ ਉਹਨਾਂ ਦੇ ਦਰਦ ਭਰੇ ਗੀਤਾਂ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਧਰਮਪ੍ਰੀਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੰਨ 1994 ਤੋਂ ਆਪਣੀ ਪਹਿਲੀ ਐਲਬਮ ਦੇ ਨਾਲ ਕੀਤੀ ਅਤੇ ਉਸ ਤੋਂ ਬਾਅਦ ਕਈ ਸਾਲ ਆਪਣੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ ਪਰ ਹਾਲ ਹੀ ਵਿੱਚ ਕੁਝ ਮਾਨਸਿਕ ਸੰਤੁਲਨ ਖੋਣ ਕਾਰਨ ਉਹਨਾਂ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਕਾਰਨ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਅਤੇ ਇਸ 'ਤੇ ਸਾਰੇ ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਨੇ ਦੁੱਖ ਪ੍ਰਗਟ ਕੀਤਾ ਧਰਮਪ੍ਰੀਤ ਦੀ ਖੁਦਕੁਸ਼ੀ ਕਰਨ ਦਾ ਰਾਜ ਕੀ ਸੀ ਇਹ ਉਹਨਾਂ ਦੇ ਨਾਲ ਹੀ ਚਲਾ ਗਿਆ ਬਿਊਰੋ ਰਿਪੋਰਟ ਚੈਨਲ 7 ਰੰਗ